ਇੰਡੀਆ ਨਿਊਜ਼। ਤੇ ਉਧਰ ਮੁਕਤਸਰ ਦਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ। ਕਿਸੇ ਲੜਾਈ ਕਾਰਨ ਮਿਸਰ ਦੀ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਬਲਵਿੰਦਰ ਸਿੰਘ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਬਲਵਿੰਦਰ ਸਿੰਘ ਨੂੰ ਮ੍ਰਿਤਕ ਦੇ ਪਰਿਵਾਰ ਦੇ ਨਾਲ ਸਮਝੌਤੇ ਦੇ ਆਦੇਸ਼ ਦਿੱਤੇ ਨੇ। ਸਮਝੌਤੇ ਤਹਿਤ ਮ੍ਰਿਤਕ ਪਰਿਵਾਰ ਨੇ 1,90,00,000 ਰੁਪਏ ਦੀ ਮੰਗ ਕੀਤੀ ਹੈ। ਜੇਕਰ ਮ੍ਰਿਤਕ ਪਰਿਵਾਰ ਦੇ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਉੱਥੋਂ ਦੇ ਕਾਨੂੰਨ ਅਨੁਸਾਰ ਬਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਦੂਜੇ ਪਾਸੇ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਕੈਪਟਨ ਸਰਕਾਰ ਨੂੰ ਲਾਹਨਤਾਂ ਪਾਈਆਂ ਨੇ। ਉਹਨਾਂ ਕਿਹਾ ਕਿ ਨਾ ਰਾਜਾ ਵੜਿੰਗ ਤੇ ਨਾ ਮਨਪ੍ਰੀਤ ਬਾਦਲ ਨੇ ਉਹਨਾਂ ਦੀ ਸਾਥ ਲਈ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਮਦਦ ਲਈ ਹੁਣ ਬੈਲਜੀਅਮ ਲੋਕ ਪਹੁੰਚੇ ਨੇ। ਕਾਰ ਮੇਰੀ ਕੋਈ ਮਦਦ ਨਹੀਂ ਕਰਦੀ, ਪਿੰਡ ਵਾਲੇ ਤਾਂ ਭਾਵੇਂ ਮੇਰੀ ਮਦਦ ਕਰ ਦੇਣ, ਜਿਵੇਂ ਅੱਜ ਚੱਕ ਵਸਤੂ ਵਾਲੇ ਮੇਰੇ ਪੇਕੇ ਦੇ ਤਰਨ ਤਾਰ ਵਾਲੇ ਆਏ ਆ ਭਰਾ, ਪਿੰਡ ਵਾਲੇ ਮਦਦ ਕਰਨਗੇ, ਸਰਕਾਰ ਮੇਰੀ ਕੋਈ ਮਦਦ ਨਹੀਂ ਕਰਦੀ। ਜਦੋਂ ਅੱਜ ਤੱਕ ਮਹੀਨਾ ਹੋ ਗਿਆ ਮੇਰੇ ਪੁੱਤ ਨੂੰ, ਅਤੇ ਅੱਜ ਤੱਕ ਮੇਰੇ ਘਰ ਤੱਕ ਕੋਈ ਸਰਕਾਰ ਨਹੀਂ ਆ ਕੇ ਖੜੀ, ਕੋਈ ਰਾਜਾ ਵਿੜਗ ਨਹੀਂ ਖੜਾ ਆ ਕੇ, ਕੋਈ ਮਨਪ੍ਰੀਤ ਨਹੀਂ ਆਇਆ, ਕੋਈ ਹੋਰ ਨਹੀਂ ਆਇਆ ਗਾ, ਮੈਨੂੰ ਨਾਂ ਨਹੀਂ ਆਉਂਦੇ ਪੁੱਤ ਸਾਰਿਆਂ ਦੇ, ਮੇਰੀ ਹਾਂ ਕਿਸੇ ਨੇ ਬਾਤ ਨਹੀਂ ਸੁਣੀ ਆ ਕੇ। ਹੁਣ ਮੇਰੀ ਤਾਂ ਇਹੀ ਬੇਨਤੀ ਹੈ ਵੀ ਮੈਨੂੰ ਤਾਂ ਪਿੰਡਾਂ ਵਾਲੇ ਮਦਦ ਕਰਨਗੇ, ਜੇ ਕੀਤੀ ਤਾਂ ਹੋਰ ਕੋਈ ਨਹੀਂ ਕਰਦਾ। ਹਾਂ, ਚਾਹੇ ਬਸ ਬਾਹਰਲੇ ਮੁੰਡੇ ਆ ਜਿਹੜੇ ਵੀ ਇੰਡਗਾ 'ਚ ਇੰਗੜੈਲ 'ਚ, ਮੈਨੂੰ ਪੁੱਤ ਸਾਰਿਆਂ ਦੇ ਨਾਂ ਵੀ ਨਹੀਂ ਆਉਂਦੇ। ਉਧਰੇ ਦਸੰਬਰ ਮਹੀਨੇ ਦੇ ਵਿੱਚ ਹੀ ਯਾਨੀ ਕਿ ਕਲੀਅਰਲੀ ਮਾਤਾ ਜੀ ਨੂੰ ਪਤਾ ਲੱਗਿਆ, ਉਸ ਤੋਂ ਬਾਅਦ ਸਾਨੂੰ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਉੱਥੇ ਗੱਲ ਹੋਈ ਹੈ, ਵੀ ਉਹਦੀ ਜੋ ਵਿਕਟਿਮ ਸੀ ਉਹਨਾਂ ਦੀ ਘਰਵਾਲੀ ਨੇ ਬਲੱਡ ਮਨੀ ਦੀ ਮੰਗ ਕੀਤੀ ਹੋਈ ਆ, ਜੋ 1,90,00,000 ਦੇ ਕਰੀਬ ਕਰੀਬ ਆ। ਅਤੇ ਉਸ ਤੋਂ ਬਾਅਦ ਮਾਤਾ ਜੀ ਨੂੰ ਪਤਾ ਲੱਗਾ, ਉਹਨੇ ਸਾਨੂੰ ਦੱਸਿਆ ਵੀ ਇਹ ਗੱਲ ਆ, ਤਾਂ ਸਾਰੇ ਅਸੀਂ ਹੈਲਪ ਕਰਨ ਲਈ ਤਿਆਰ ਹੋਏ, ਤੁਹਾਨੂੰ ਸੋਸ਼ਲ ਮੀਡੀਆ 'ਤੇ ਅਸੀਂ ਗੁਹਾਰ ਲਾਈ ਆ, ਅਤੇ ਕਾਫੀ ਐਨ ਜੀ ਓਜ਼ ਬੋਲੇ ਆ, ਪਰ ਉਹਨਾਂ ਨੇ ਕੋਈ ਹਜੇ ਤੱਕ ਕਲੀਅਰਲੀ ਐਫਰਟ ਨਹੀਂ ਕੀਤੀ ਗੀ, ਜਸਟ ਯਾਨੀ ਕਿ ਸਿੰਗਲ ਪਰਸਨ ਇੰਡੀਵਿਜੁਅਲ ਤੌਰ 'ਤੇ ਉਹ ਮਦਦ ਕਰ ਰਹੇ ਆ। ਅਤੇ ਅੱਜ 4 ਤਰੀਕ ਨੂੰ ਇੱਕ ਬੈਲਜੀਅਮ ਤੋਂ ਆਪਣੀ ਸਿੱਖ ਸੰਗਤ ਆ ਜੋ, ਉਹਨਾਂ ਦਾ ਇੱਕ ਵਟਸਐਪ ਗਰੁੱਪ ਸੀ ਜੋ ਮਦਦ ਲੈ ਕੇ ਖਾਸ ਪਿੰਡ ਪਹੁੰਚੇ ਹੋਏ ਆ, ਉਹਨਾਂ ਨੇ ਮਾਤਾ ਜੀ ਨੂੰ 90,00,000 ਦੇ ਕਰੀਬ ਕਰੀਬ ਮਦਦ ਯਾਨੀ ਕਿ 9,00,000 ਰੁਪਈਆ ਮਦਦ ਦੇ ਤੌਰ 'ਤੇ ਚੈੱਕ ਦੇ ਤੌਰ 'ਤੇ ਭੇਟ ਕਰ ਦਿੱਤਾ। ਅਤੇ ਹੋਰ ਵੀ ਉਹ ਕਹਿੰਦੇ ਅਸੀਂ ਐਫਰਟ ਕਰ ਰਹੇ ਹਾਂ, ਬਾਕੀ ਕੋਈ ਹੋਰ ਕਲੀਅਰਲੀ ਯਾਨੀ ਕਿ ਕੋਈ ਐਨ ਜੀ ਓ ਜਾਂ ਵੈਲਫੇਅਰ ਸੋਸਾਇਟੀ ਨੇ ਹਜੇ ਤੱਕ ਮਦਦ ਨਹੀਂ ਕੀਤੀ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ